पंजाबी मां बोली नूं समर्पित तुहाडे अपने सिटी लाइव चैनल दे जरिए मुख मंत्री भगवान सिंह मान दे रंगला पंजाब दा सुपना साकार करन दे विच आम आदमी पार्टी दे वोटर सपोर्टर हलका गिल तो तुहाडे रूबरू करवा रहे हां। अज तुहानूं लेके पहुंचे होए हां हलका गिल दे पिंड गोपालपुर दे विच, जिथे आम आदमी पार्टी लई झंडा चुकन वाले मनदीप दे तुहानूं रूबरू करवा रहे हां। और इस वक्त दस दिया दर्शकों नूं कि मनदीप जी दे नाल खड़े ने उन्हां दे नाल सरदार गुरमुख सिंह जी, जिन्हां ने उन्हां नूं आम आदमी पार्टी दे लिए वोटां मंगण दे विच घर घर जाके सहयोग किया। आओ गलबात करिए मनदीप जी दे नाल। आपां पहलां आम आदमी पार्टी ਦੀ ਸਰਕਾਰ ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਆਪਾਂ ਆਪਸ 'ਚ ਫਤਿਹ ਦੀ ਸਾਂਝ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਜੀ, ਆਪਾਂ ਤੁਹਾਡੇ ਨਾਲ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਗੱਲ ਕਰਾਂਗੇ ਤੁਹਾਡੇ ਬਾਰੇ। ਪਹਿਲਾਂ ਇਹ ਚਾਨਣਾ ਪਾਓ ਸਾਡੇ ਦਰਸ਼ਕਾਂ ਨੂੰ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਝੰਡਾ ਕਦੋਂ ਚੁੱਕਿਆ? ਪਹਿਲਾਂ ਤਾਂ ਸਭ ਤੋਂ ਤੁਹਾਨੂੰ ਸਾਡੇ ਪਿੰਡ ਆਉਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ, ਸਿਟੀ ਲਾਈਵ ਚੈਨਲ ਵਾਲਿਆਂ ਦਾ, ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਜੀ ਜਨਵਰੀ ਦੇ ਵਿੱਚ ਜਦੋਂ ਸਾਡੇ ਨਾ ਯੂਥ ਬੈਠਦਾ ਸੀ, ਗੱਲਾਂ ਹੁੰਦੀਆਂ ਸੀ ਕਿ ਹਾਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਨੀ ਚਾਹੀਦੀ ਆ, ਉਸ ਟਾਈਮ ਅਸੀਂ ਮੀਟਿੰਗ ਕੀਤੀ ਯੂਥ ਨੇ ਕਿ ਸਾਨੂੰ ਵੀ ਸਾਡੇ ਪਿੰਡ ਦੇ ਵਿੱਚੋਂ ਮੂਹਰੇ ਹੋ ਕੇ ਚੱਲਣਾ ਚਾਹੀਦਾ, ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਿੰਡ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਨਵੀਂ ਕ੍ਰਾਂਤੀ ਲਿਆਉਣੀ ਚਾਹੀਦੀ ਆ, ਕਿ ਅਕਾਲੀ ਕਾਂਗਰਸ ਤੋਂ ਉੱਪਰ ਉੱਠ ਕੇ ਕਿ ਨਵੇਂ ਲੋਕਾਂ ਨੂੰ ਮੌਕਾ ਦੇਵੋ ਕਿ ਅਸੀਂ ਕਿ ਨਵਾਂ ਬਦਲਾਅ ਲਿਆ ਸਕੀਏ। ਅਤੇ ਉਸ ਦੇ ਗੱਲਾਂ ਕਰਦੇ ਕਰ ਰੋਜ਼ ਕਰਦੇ ਹੁੰਦੇ ਸੀਗੇ। ਫਿਰ ਇੱਕ ਦਿਨ ਅਸੀਂ ਪ੍ਰੋਗਰਾਮ ਬਣਾ ਕੇ ਸੰਗਵਾਲ ਜੀ ਨੂੰ ਦਫ਼ਤਰ 'ਚ ਮਿਲਣ ਗਏ ਕਿ ਜਿੱਥੇ ਉਹਨਾਂ ਨੂੰ ਜਾ ਕੇ ਅਸੀਂ ਆਪਦੇ ਦਿਲ ਦੀ ਗੱਲ ਦੱਸੀ, ਉਹਨਾਂ ਨੇ ਕਿਹਾ ਕਿ ਜ਼ਰੂਰ, ਫਿਰ ਉਹ ਸਾਡੇ ਪਿੰਡ ਆਏ ਸਾਨੂੰ ਜੁਆਇਨ ਕਰਵਾ ਕੇ। ਜੇਕਰ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ 2022 ਦੀਆਂ ਚੋਣਾਂ ਬਾਰੇ, ਪਰ ਤੁਹਾਡੇ ਨਾਲ ਲੱਗਦਾ ਪਿੰਡ ਹੈ ਖੇੜਾ, ਜਿੱਥੋਂ ਦੀ ਜਿਹੜੀ ਪਬਲਿਕ ਹੈ, ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ, ਉਹ 2017 ਦੇ ਜੁੜੇ ਹੋਏ ਨੇ, ਕੀ ਤੁਹਾਡੇ ਪਿੰਡ ਦੇ ਵਿੱਚ ਗੋਪਾਲਪੁਰ 'ਚ ਕੋਈ ਵੀ ਪਰਸਨ ਇਹੋ ਜਿਹਾ ਨਹੀਂ ਸੀ ਜੋ 2017 ਜਾਂ ਇਸ ਤੋਂ ਪਹਿਲਾਂ ਦਾ ਜੁੜਿਆ ਹੋਇਆ? ਨਹੀਂ, ਸਾਡੇ ਸੀਗੇ, ਸਾਡੇ ਨਾ ਜਦੋਂ ਪਿਛਲੀਆਂ ਇਲੈਕਸ਼ਨ ਹੋਏ ਨੇ ਉਸ ਟਾਈਮ ਸਾਡੇ ਗੁਰਮੇਲ ਅੰਕਲ ਜੀ ਆ, ਉਹਨਾਂ ਨੇ ਇਕੱਲਿਆਂ ਨੇ ਬੂਥ ਲਾਇਆ ਸੀਗਾ ਪਿਛਲੇ ਇਲੈਕਸ਼ਨ 17 ਦੇ ਵਿੱਚ। ਉਸ ਟਾਈਮ ਸਾਡੇ ਪਿੰਡ ਦੀ ਕਿਸੇ ਨੇ ਕਿੱਡੀ ਖਾਸ ਸਪੋਰਟ ਕੀਤੀ ਨਹੀਂ, ਫਿਰ ਵੀ ਬਹੁਤ ਵੋਟਾਂ ਅਸੀਂ ਉਸ ਟਾਈਮ ਵੀ ਪਾਈਆਂ, ਅਸੀਂ ਖੁਦ ਚੱਲ ਕੇ ਅਸੀਂ ਪਾਈਆਂ, ਪਰ ਅਸੀਂ ਉਸ ਟਾਈਮ ਇੰਨੇ ਹੋਏ ਨਹੀਂ ਸੀਗੇ, ਸਾਨੂੰ ਕਿ ਇਹ ਚੀਜ਼ ਦਾ ਪਤਾ ਨਹੀਂ ਸੀ, ਉਮਰ ਘੱਟ ਸੀਗੀ। ਅਤੇ ਗੁਰਮੇਲ ਅੰਕਲ ਜੀ ਨੇ ਜਿਹੜੇ ਸਾਡੇ ਸਭ ਤੋਂ ਪੁਰਾਣੇ ਨੇ ਜੀ। ਅਤੇ ਜਦੋਂ ਤੁਹਾਡੇ ਪਿੰਡ ਵਾਲਿਆਂ ਤੋਂ ਅਸੀਂ ਜਾਣਕਾਰੀ ਲਈ ਕਿ ਤੁਹਾਡੇ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਸਭ ਤੋਂ ਪਹਿਲਾਂ ਝੰਡਾ ਕੌਣ ਚੁੱਕਦਾ, ਤਾਂ ਉਹਨਾਂ ਨੇ ਸਰਦਾਰ ਗੁਰਮੇਲ ਸਿੰਘ ਜੀ ਦਾ ਨਾਮ ਨਹੀਂ ਲਿਆ, ਕੀ ਕਾਰਨ ਹੈ ਕਿ ਲੋਕ ਅੱਜ ਗੁਰਮੇਲ ਸਿੰਘ ਜੀ ਦੀ ਸੇਵਾ ਨੂੰ ਭੁੱਲ ਗਏ ਨੇ? ਨਹੀਂ, ਦੇਖੋ ਉਹਨਾਂ ਨੇ ਕੋਈ ਜੁਆਇਨਿੰਗ ਨਹੀਂ ਕੀਤੀ ਸੀ ਉਸ ਟਾਈਮ, ਉਹਨਾਂ ਨੇ ਆਪਦੇ ਦਿਲੋਂ ਹੀ, ਉਹਨਾਂ ਦੇ ਮਨ 'ਚ ਆਇਆ ਤਾਂ ਉਹ ਇਕੱਲੇ ਹੀ ਬੂਥ ਲਾ ਕੇ ਬੈਠ ਗਏ ਸੀਗੇ। ਔਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਸਰਦਾਰ ਗੁਰਮੇਲ ਸਿੰਘ ਜੀ ਕਿੱਥੇ ਨੇ? ਉਹ ਜੀ ਹੁਣ ਬਾਹਰ ਸੀਗੇ, ਅੱਜ ਰਿਸ਼ਤੇਦਾਰੀ 'ਚ ਗਏ ਹੋਏ ਨੇ। ਨਹੀਂ, ਉਹ ਸਾਡੇ ਨਾਲ ਹੀ, ਹਰ ਕੰਧੇ ਨਾਲ ਅਸੀਂ ਕੋਈ ਵੀ ਸਲਾਹ ਲੈਂਦੀ ਹਾਂ ਅੰਕਲ ਨੂੰ ਨਾਲ ਲੈ ਕੇ ਗੱਲ ਕਰਦੇ ਹਾਂ, ਕਿਤੇ ਵੀ ਜਾਂਦੇ ਹਾਂ, ਕੋਈ ਵੀ ਮਸ਼ਵਰਾ ਲੈਣਾ ਵਾ ਜਾਂ ਸੰਗਵਾਲ ਜੀ ਨੂੰ ਮਿਲਣ ਜਾਂਦੇ ਹਾਂ, ਪਹਿਲਾਂ ਉਹਨਾਂ ਨਾਲ ਹੀ ਸਾਰੀ ਗੱਲਬਾਤ ਹੁੰਦੀ ਹੈ ਸੰਗਵਾਲ ਜੀ ਦੀ, ਫਿਰ ਅਸੀਂ ਮਗਰ ਖੜ੍ਹੇ ਹੁੰਦੇ ਹਾਂ ਜੀ। ਪਿੰਡ ਗੋਪਾਲਪੁਰ ਦੇ ਵਿੱਚ ਸਰਦਾਰ ਗੁਰਮੇਲ ਸਿੰਘ ਜੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ 2017 ਦੇ ਵਿੱਚ ਜੋ ਪੌਦੇ ਦਾ ਇੱਕ ਬੀਜ ਬੀਜਿਆ ਸੀ, ਜਿਸ ਪੌਦੇ ਦਾ ਨਾਮ ਸੀ ਕਿ ਆਮ ਆਦਮੀ ਪਾਰਟੀ, ਅਤੇ ਉਹ ਪੌਦਾ ਅੱਜ ਜਿਹੜਾ ਆ ਉਹ ਰੁੱਖ ਬਣ ਗਿਆ, ਅਤੇ ਦੇਖਿਆ ਜਾਵੇ ਤਾਂ ਅੱਜ ਉਹ ਬੀਜ ਤੋਂ ਉਹ ਰੁੱਖ ਜਿਹੜਾ ਆ ਉਹਦੇ ਕਿੰਨੇ ਫਲ ਲੱਗੇ ਹੋਏ ਨੇ, ਜਿਨ੍ਹਾਂ ਵਿੱਚੋਂ ਇੱਕ ਹੈ ਮਨਦੀਪ ਸਿੰਘ। ਮਨਦੀਪ ਜੀ, ਜੇਕਰ ਗੱਲ ਕੀਤੀ ਜਾਵੇ ਤੁਹਾਡੇ ਪਿੰਡ ਗੋਪਾਲਪੁਰ ਦੇ ਸੰਬੰਧ ਦੇ ਵਿੱਚ, ਹੁਣ ਸਾਡੇ ਦਰਸ਼ਕਾਂ ਨੂੰ ਇਹ ਚਾਨਣਾ ਪਾਓ ਕਿ ਇਲੈਕਸ਼ਨ ਸਮੇਂ ਤੁਸੀਂ ਬੂਥ ਦੀ ਜ਼ਿੰਮੇਵਾਰੀ ਸਾਂਭੀ, ਅਤੇ ਕਿੰਨੀਆਂ ਵੋਟਾਂ ਭੁਗਤੀਆਂ ਸੀ ਔਰ ਕਿੰਨੀਆਂ ਆਪ ਦੀ ਝੋਲੀ ਵਿੱਚ ਗਈਆਂ? ਸਾਨੂੰ ਜੀ 1342 ਦੇ ਲਗਭਗ ਵੋਟਾਂ ਪਈਆਂ ਸੀ, ਆਮ ਆਦਮੀ ਪਾਰਟੀ ਨੂੰ 615, ਅਕਾਲੀ ਦਲ ਨੂੰ ਪਈਆਂ ਸੀ ਤਕਰੀਬਨ 519 ਕੁ, ਅਤੇ ਕਾਂਗਰਸ ਨੂੰ 152 ਵੋਟਾਂ ਜੀ। ਔਰ ਦੇਖਿਆ ਜਾਵੇ ਤਾਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਜ਼ਿਆਦਾ ਕਰਕੇ ਅਕਾਲੀਆਂ ਨੇ ਵੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ, ਅਤੇ ਤੁਹਾਡੇ ਪਿੰਡ ਗੋਪਾਲਪੁਰ ਦੇ ਵਿੱਚ ਜਿਹੜੇ ਅਕਾਲੀ ਵੀਰਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਕੀ ਤੁਹਾਨੂੰ ਉਮੀਦ ਸੀ ਕਿ ਉਹ ਦਰਸ਼ਨ ਸਿੰਘ ਸਿਵਾਲਿਕ ਨੂੰ ਛੱਡ ਕੇ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਦੇ ਹੱਕ ਵਿੱਚ ਖੜਨਗੇ? ਨਹੀਂ, ਸਾਨੂੰ ਬਹੁਤ ਉਮੀਦ ਸੀ ਕਿ ਸਾਡੇ ਲੋਕਾਂ ਨੇ, ਪਿੰਡ ਦਿਆਂ ਨੇ ਬਹੁਤ ਸਾਥ ਦਿੱਤਾ, ਸਭ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਵਧੀਆ ਯੋਗਦਾਨ ਦਿੱਤਾ, ਸਾਡਾ ਵੀ ਹੌਸਲਾ ਵਧਾਇਆ। ਪਰ ਪਤਾ ਕੀ ਗੱਲ ਹੈ ਜੀ, ਸਾਡੇ ਅਕਾਲੀ ਦਲ ਦੇ ਕੁਛ ਬੰਦੇ ਇੰਨਾ ਜ਼ਿਆਦਾ ਖੁੱਲ੍ਹ ਕੇ ਨਹੀਂ ਆਏ ਹੈਗੇ। ਅਸੀਂ 2 ਸਾਲ ਪਹਿਲਾਂ ਵੀ ਬਦਲਾਅ ਲਿਆਂਦਾ ਸੀ ਪਿੰਡ 'ਚ ਕਾਂਗਰਸ ਦੇ ਸਰਪੰਚ ਨੂੰ ਜਿਤਾ ਕੇ, ਸਾਨੂੰ ਐਂ ਸੀ ਕਿ ਪਿੰਡ ਦਾ ਕੁਛ ਕਰਾਂਗੇ, ਲੇਕਿਨ ਸਾਨੂੰ ਉੱਪਰੋਂ ਕੋਈ ਸਪੋਰਟ ਨਹੀਂ ਮਿਲੀ ਹੈਗੀ। ਅਕਾਲੀ ਦਲ ਵਾਲੇ, ਅਸੀਂ ਕਾਂਗਰਸ ਵਾਲੇ ਜਿੰਨੀ ਵੋਟ ਸੀ ਤੁਸੀਂ ਦੇਖ ਸਕਦੇ ਹੋ, ਕਾਂਗਰਸ ਨੂੰ 152 ਪਈਆਂ, ਉਹੀ ਬਾਗੀ ਲੋਕ ਸੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਕਿਉਂਕਿ ਉਹ ਬਦਲਾਅ ਲਿਆਉਣਾ ਚਾਹੁੰਦੇ ਸੀਗੇ ਕਿ ਅਕਾਲੀ, ਪਹਿਲਾਂ ਅਕਾਲੀ ਦਲ ਦਾ ਸਰਪੰਚ 20-25 ਸਾਲ ਤੋਂ ਚੱਲੀ ਆ ਰਹੀ ਸੀ, ਪਹਿਲਾਂ ਬਦਲਾਅ ਅਸੀਂ ਕਾਂਗਰਸ 'ਚ ਲਿਆਂਦਾ, ਹੁਣ ਅਸੀਂ ਆਮ ਆਦਮੀ ਪਾਰਟੀ 'ਚ ਲਿਆਂਦਾ ਜੀ।
एक मिनट तुहाडी गल ना विच कर दिए, तुसीं कहा भी करीब 20 साल तो है ना तुहाडे पिंड नूं सरपंच जो मिले हो अकाली दे सी, पर एक पार्टी दे लगातार सरपंच बनदे होण ते ओह पिंड दी दा जिहड़ी दिख है ना ओह बहुत ही वधिया हुंदी है। तुहाडे नाल लगदा पिंड इत्थे नारंगवाल है जिथों आम आदमी पार्टी दे सपोर्टर ने डॉक्टर साहब उहनां दे सामने एक पार्क बनिया होया जिहड़ा किसे ने परसनली बनवाया ते पूरा पिंड वरतों विच करदा है, पर तुहाडे पिंड दे विच सानूं इह जिहा कुछ नहीं दिखिया। जिहड़ी 20 साल तो जिहड़े सरपंच रहे ने उहनां दी कोई दैनिक स्पैशल कोई होंगी है ना जी पहचान आप गल करिए? यही तो जी साड़ी सोच सी, असी बदला इस करके झंडा चुकते हैं, जब भी कुछ गलत हों आपका विरोध उस जगह पर जरूर दिखाने, इस करके असी बहुत टाइम दे जोर ला रहे थे कि हाँ कि साढ़े पिंड कोई विकास नहीं होया, इस करके असी 2 साल पहला असी पूरे जोर शोर कांग्रेस के सरपंच वोटा पा के उन्होंने जताया, जदों साढ़े पिंड फिर भी विकास की कुछ घाट सानू महसूस हुई, असी आम आदमी ਦਾ ਪੱਲਾ ਫੜਿਆ ਭਾਜੀ, ਹੁਣ ਸਾਨੂੰ ਜੀਵਨ ਸਿੰਘ ਸੰਗਵਾਲ ਜੀ ਨਾਲ ਬਹੁਤ ਉਮੀਦਾਂ ਨੇ ਜੀ। ਗੱਲ ਕਰੀਏ ਬਦਲਾਵ ਦੀ, ਪੰਜਾਬ ਦੇ ਵਿੱਚ ਬਦਲਾਵ ਆਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਿਹਰੇ ਨੂੰ ਲੈ ਕੇ, ਜਿਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸੈਂਟਰ ਨੇ ਨਾਲ ਦੀ ਨਾਲ ਇੱਕ ਅਨਾਊਂਸ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਪ੍ਰੀਪੇਡ ਮੀਟਰ ਲਗਾਏ ਜਾਣ। ਮੰਨ ਲਓ ਤੁਹਾਡੇ ਪਿੰਡ ਪ੍ਰੀਪੇਡ ਮੀਟਰ ਲਗਾਉਣ ਲਈ ਬਿਜਲੀ ਬੋਰਡ ਮਹਿਕਮੇ ਦੀ ਟੀਮ ਆਉਂਦੀ ਹੈ, ਅਤੇ ਫਿਰ ਤੁਹਾਡਾ ਅਤੇ ਤੁਹਾਡੇ ਪਿੰਡ ਵਾਲਿਆਂ ਦਾ ਕੀ ਕਦਮ ਹੋਏਗਾ? ਦੇਖੋ ਜੀ, ਅਸੀਂ ਜੋ ਹੈਗੇ ਹਾਂ ਤਾਂ ਪਿੰਡ ਦੀ ਬਦੌਲਤ ਆ, ਅਸੀਂ ਸਿਰਫ ਹਜੇ ਫਿਲਹਾਲ ਪਿੰਡ ਵੇਲੇ ਵਾਸਤੇ ਸੋਚ ਰਹੇ ਹਾਂ, ਜਿਵੇਂ ਸਾਡੇ ਪਿੰਡ ਦੇ ਲੋਕ ਅਸੀਂ ਇਕੱਠ ਕਰਾਂਗੇ, ਜਿਵੇਂ ਹੁਣ ਜੂਨ ਮਹੀਨੇ 'ਚ ਗ੍ਰਾਮ ਸਭਾ ਵੀ ਹੋ ਰਹੀ ਆ, ਉਸ ਤਰ੍ਹਾਂ ਦੀਆਂ ਅਸੀਂ ਮੀਟਿੰਗਾਂ ਚਰਚਾਵਾਂ ਕਰਿਆ ਕਰਾਂਗੇ, ਜਿਵੇਂ ਸਾਨੂੰ ਸਾਡੇ ਪਿੰਡ ਦੇ ਲੋਕ ਕਹਾਂਗੇ ਉਹਨਾਂ ਦੇ ਨਾਲ ਖੜਾਂਗੇ ਜੀ। ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਕਿ ਜੋ ਮੌਜੂਦਾ ਸਰਪੰਚ ਆ ਉਹਨਾਂ ਨੂੰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੀ ਹੀ ਕਿਤੇ ਨਾ ਕਿਤੇ ਜਾ ਕੇ ਟੀਮ ਹੈ ਜਿਹੜੇ ਅਕਾਲੀਆਂ ਸਰਪੰਚਾਂ ਤੋਂ ਛੁਟਕਾਰਾ ਭਾਲਦੇ ਸੀ, ਪਰ ਹੁਣ ਸੱਚ ਵਿੱਚ ਦੱਸਿਓ ਆਪਣੇ ਦਿਲ ਦੇ ਉੱਤੇ ਇਮਾਨਦਾਰੀ ਨਾਲ ਹੱਥ ਰੱਖ ਕੇ ਕਿ ਕੀ ਤੁਸੀਂ ਆਪਣੀ ਮੌਜੂਦਾ ਪੰਚਾਇਤ ਦੇ ਕੰਮਾਂ ਕਾਰਾਂ ਤੋਂ ਸੰਤੁਸ਼ਟ ਹੋ? ਨਹੀਂ ਦੇਖੋ, ਜੇ ਅਸੀਂ ਸੰਤੁਸ਼ਟ ਹੁੰਦੇ ਅਸੀਂ ਤੁਹਾਨੂੰ ਪਹਿਲਾਂ ਹੀ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਕੰਨੀ ਨਹੀਂ ਆਉਂਦੇ, ਅਸੀਂ ਸੰਤੁਸ਼ਟ ਹੈ ਨਹੀਂ, ਕਿਉਂਕਿ ਜਦੋਂ ਪਹਿਲਾਂ ਬਣੀ ਇਹਨਾਂ ਨੇ ਸਾਲ 6 ਮਹੀਨੇ ਦਾ ਬਹੁਤ ਵਧੀਆ ਕੰਮ ਕੀਤੇ, ਉਸ ਤੋਂ ਬਾਅਦ ਕੀ ਮਜਬੂਰੀਆਂ ਹੋਈਆਂ ਕਿ ਸਾਡੇ ਖੁਦ ਦੇ ਨਾਲ ਦੇ ਯਾਰ ਦੋਸਤ ਪਿੰਡ ਦੇ ਲੋਕ ਕਹਿਣ ਲੱਗ ਗਏ ਕਿ ਜੋ ਸੋਚਿਆ ਸੀ ਉਹ ਹੋ ਨਹੀਂ ਸਕਿਆ, ਕੋਈ ਕੰਮ ਕਾਰ ਅਸੀਂ ਬਾਹਰ ਅੰਦਰ ਕਰਾਉਣਾ, ਕੋਈ ਪ੍ਰੋਬਲਮ ਆਉਣ ਲੱਗ ਗਈਆਂ। ਸਾਡਾ ਵੈਦ ਸਾਹਿਬ ਜੀ ਨੇ MLA ਨੇ ਉਸ ਟਾਈਮ ਨੇ ਸਾਥ ਵੀ ਨਹੀਂ ਦਿੱਤਾ ਪਿੰਡ ਦਾ, ਅਤੇ ਉਸੇ ਕਰਕੇ ਅਸੀਂ ਆਮ ਆਦਮੀ ਪਾਰਟੀ ਕੰਨੀ ਸਾਡਾ ਝੁਕਾਅ ਹੋਇਆ ਬਹੁਤ ਜ਼ਿਆਦਾ, ਉਮੀਦਾਂ ਸਾਨੂੰ ਪੂਰੀਆਂ ਨੇ ਜੀ। ਜੇਕਰ ਇਸ ਸੰਬੰਧ ਦੇ ਵਿੱਚ ਵੈਦ ਜੀ ਨਾਲ ਗੱਲਬਾਤ ਕੀਤੀ ਜਾਵੇ ਅਤੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਪਿੰਡ ਗੋਪਾਲਪੁਰ ਤੋਂ ਕੀ ਸਮੱਸਿਆ ਆਈਆਂ ਸੀ, ਤਾਂ ਉਹਨਾਂ ਨੇ ਕਹਿਣਾ ਮੇਰੀ ਤਾਂ ਨੌਲੇਜ ਵਿੱਚ ਨਹੀਂ ਹੈਗਾ, ਅਤੇ ਅਸੀਂ ਚਾਹਾਂਗੇ ਕਿ ਸਿਟੀ ਲਾਈਵ ਚੈਨਲ ਦੇ ਜ਼ਰੀਏ ਸਾਬਕਾ ਵਿਧਾਇਕ ਨੂੰ ਇੱਕ ਵਾਰੀ ਤੁਸੀਂ ਦੱਸ ਦਿਓ ਕਿ ਕਿਹੜੀਆਂ ਉਹ ਸਮੱਸਿਆ ਸੀ ਜਿਹੜੀਆਂ ਉਹਨਾਂ ਨੇ ਹੱਲ ਨਹੀਂ ਕਰਵਾਈਆਂ ਅਤੇ ਜਿਸ ਦੀ ਬਦੌਲਤ ਕਾਂਗਰਸ ਤੁਹਾਡੇ ਪਿੰਡ ਵਿੱਚੋਂ ਕਰੀਬ ਸਿਰਫ 152 ਵੋਟਾਂ ਲੈ ਕੇ ਗਈ। ਤੁਹਾਡਾ ਜੀ ਸਵਾਲ ਦੇ ਵਿੱਚ ਹੀ ਹੈਗਾ ਸਾਰੇ ਜਵਾਬ ਨੇ, ਤੁਸੀਂ ਆਪ ਹੀ ਦੇਖ ਲਓ, ਜੇ ਕੁਛ ਕਰਾਇਆ ਹੁੰਦਾ 152 ਕਾਂਗਰਸ ਨੂੰ ਹੀ ਪੈਣੇ ਆ, ਅਕਾਲੀ ਦਲ ਦੀ ਤੁਸੀਂ ਆਪ ਹੀ ਦੇਖੋ 519 ਵੋਟਾਂ ਦੇ ਅਕਾਲੀ ਦਲ ਖੜੀ ਆ। ਉਹ ਕਿਹੜੀਆਂ ਸਮੱਸਿਆਵਾਂ ਸੀ ਨਾ ਜਿਹੜੀਆਂ ਉਹਨਾਂ ਨੇ ਹੱਲ ਨਹੀਂ ਕੀਤੀਆਂ ਜਿਹਦੇ ਕਰਕੇ ਬਦਲਾਵ ਲਿਆਏ ਪਿੰਡ ਦੇ ਲੋਕ? ਪਿੰਡ 'ਚ ਜੀ ਬਹੁਤ ਕੰਮ ਸੀਗੇ ਸਾਡੇ ਹੋਣ ਵਾਲੇ, ਸਾਡੇ ਗਰਾਊਂਡ ਦਾ ਕੋਈ ਹੱਲ ਨਹੀਂ ਹੈਗਾ, ਹਜੇ ਤੱਕ ਸਾਡੇ ਇੱਧਰ ਸੱਥ ਇੱਕ ਇੱਧਰ ਰਹਿੰਦੀ ਆ, ਕੁਛ ਗਲੀਆਂ ਨਾਲੀਆਂ ਬਣੀਆਂ ਨੇ, ਟੋਬੇ ਦਾ ਅੱਧ ਪਚੱਦਾ ਕੰਮ ਹੋਇਆ ਵਾ ਉਹ ਵੀ ਰੁਕ ਗਿਆ, ਕਈ ਬਾਹਰ ਅੰਦਰ ਪਾਰਕਾਂ ਵੀ ਕੋਈ ਨਹੀਂ ਹੈਗੀ, ਬਾਹਰ ਅੰਦਰ ਕੋਈ ਕੰਮ ਕਰਾਉਣਾ ਹੁੰਦਾ ਸੀ ਮਤਲਬ ਕੋਈ ਪੈਸੇ ਦੀ ਡਿਮਾਂਡ ਕਰਦਾ ਸੀ, ਕੋਈ ਤਕਲੀਫ ਆਉਂਦੀ ਸੀ ਸਾਨੂੰ ਕਿਤੇ ਵੀ ਸਾਥ ਮਹਿਸੂਸ ਹੋਇਆ ਕਿ ਸਾਡੇ ਪਿੰਡ ਨੂੰ ਕਿ ਸਾਨੂੰ ਸਾਥ ਨਹੀਂ ਮਿਲਿਆ। ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਗੁਰਮੁਖ ਸਿੰਘ ਜੀ ਦੇ ਨਾਲ। ਗੁਰਮੁਖ ਜੀ, ਮਨਦੀਪ ਜੀ ਨੇ ਦੱਸਿਆ ਕਿ ਤੁਸੀਂ ਇਹਨਾਂ ਨੂੰ ਗੱਲ ਕਰੀਏ ਜਾਵੇ ਪਿੰਡ ਦੇ ਵਿੱਚ ਜੋ ਵੀ ਸਰਗਰਮੀਆਂ ਚੱਲਦੀਆਂ ਨੇ ਉਸਦੇ ਸੰਬੰਧ ਵਿੱਚ ਤੁਸੀਂ ਇਹਨਾਂ ਨੂੰ ਗਾਈਡ ਕਰਦੇ ਹੋ, ਅਤੇ ਤੁਸੀਂ ਇਹ ਦੱਸੋ ਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਕਦੋਂ ਜੁੜੇ? ਮੇਰਾ ਮਨ ਸੀਗਾ ਜੀ ਐਤਕੀ ਸੰਗਵਾਲੇ ਜੀਵਨ ਸਾਹਿਬ MLA ਸਾਹਿਬ ਨਾਲ ਮੇਰੀ ਜਾਣ ਪਛਾਣ ਪਹਿਲਾਂ ਤੋਂ ਹੀ ਆ 10-15 ਸਾਲ ਤੋਂ ਸਾਡੀ, ਵੀ ਮੇਰਾ ਵਿਚਾਰ ਸੀ ਐਤਕੀ ਕੁਝ ਬਦਲਾਅ ਹੋਣਾ ਚਾਹੀਦਾ ਆਪਣੇ ਪਿੰਡ 'ਚ, ਅਤੇ ਉੱਦਾਂ ਵੀ ਸੀ ਵੱਖਰਾ ਵੀ ਰੋਲ ਨਵਾਂ ਅਦਾ ਕਰੀਏ, ਇਸ ਕਰਕੇ ਜੀ ਪਹਿਲਾਂ ਮਨ ਤੋਂ ਬਣੇ ਕਰਕੇ ਮੈਂ ਇੱਧਰ ਤੁਰਿਆ ਸੀਗਾ, ਅਤੇ ਮੈਂ ਆਪਣੇ ਘਰ 'ਤੇ ਝਾੜੂ ਝੂੜੂ ਵਗੈਰਾ ਬਹਾਤਾ ਸੀ ਜੋ ਵੀ ਸੀਗਾ, ਅਤੇ ਲੋਕਾਂ ਨੂੰ ਮੈਂ ਕਹਿ ਰਿਹਾ ਜੀ ਗੱਲਬਾਤ ਵੀ ਐਤਕੀ ਆਪਾਂ ਇੱਧਰ ਝਾੜੂ ਨੂੰ ਵੋਟ ਕਰਨੀ ਆ, ਸਪੋਰਟ ਕਰਨੀ ਆ। ਹਾਂਜੀ, ਅਤੇ ਗੁਰਮੁਖ ਜੀ ਸਰੇਆਮ ਸਾਹਮਣੇ ਹੋ ਕੇ ਪਿਛਲੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਪਦੇ ਲਈ ਖੜਨ ਦੇ ਲਈ ਵੀ ਜਿਗਰਾ ਚਾਹੀਦਾ, ਅਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਕਿ ਆਮ ਆਦਮੀ ਪਾਰਟੀ ਦੇ ਨਾਲ ਅੱਜ ਤੁਸੀਂ ਮਨਦੀਪ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ, ਇਸ ਤੋਂ ਪਹਿਲਾਂ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਿਤ ਸੀ? ਇਸ ਤੋਂ ਪਹਿਲਾਂ 20-25 ਸਾਲ ਮੇਰੇ ਬਾਪੂ ਜੀ ਕਾਂਗਰਸ ਪਾਰਟੀ ਦੀ ਸਪੋਰਟ ਕਰਦੇ ਆ ਰਹੇ ਨੇ। ਹਾਂਜੀ, ਉਸ ਤੋਂ ਫਿਰ ਹੁਣ ਸਮਾਂ ਬਦਲਿਆ ਤਾਂ ਇੱਧਰ ਸਾਡਾ ਰੁਕ ਕੀਤਾ, ਇੱਧਰ ਹੋਈਏ। ਹਾਂਜੀ,
ਤੇ ਹੁਣ ਦੀ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਮੌਜੂਦਾ ਸਰਪੰਚ ਕਾਂਗਰਸੀ ਨੇ ਤੇ ਤੁਸੀਂ ਤੁਹਾਡੇ ਐਮਐਲਏ ਹੁੰਦੇ ਤੁਹਾਡੇ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਤੋਂ ਤੁਹਾਡੇ ਪਿੰਡ ਦੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰਵਾਉਣਾ ਚਾਹੁੰਦੇ ਹੋ? ਕੰਮ ਤਾਂ ਜੀ ਪਾਰਕਾਂ ਪੂਰਕਾਂ ਰਹਿੰਦੀਆਂ ਸਾਡੇ ਪਿੰਡ ਬਣਾਉਣ ਵਾਲੀਆਂ ਜੋ ਵੀ ਹੋਰ ਇੱਕ ਇੱਧਰ ਸਾਡੇ ਸਾਈਡ 'ਤੇ ਪੰਚਾਇਤ ਘਰ ਬਣਨ ਵਾਲਾ ਜੀ ਉਹ ਵੀ ਬਣਵਾਵਾਂਗੇ, ਬਾਕੀ ਹੋਰ ਰਹਿੰਦੇ ਕੰਮ ਆਈ ਉਹ ਪੂਰੇ ਕਰਵਾਵਾਂਗੇ ਕਹਿ ਕੇ। ਹਾਂਜੀ ਅਤੇ ਗੁਰਮੁਖ ਜੀ ਤੁਹਾਡੇ ਪਿੰਡ ਦੇ ਵਿੱਚ ਐਨਆਰਆਈ ਵੀਰ ਹੈ? ਹਾਂਜੀ ਹਾਂ ਹੈਗੇ ਨੇ ਜੀ। ਅਤੇ ਐਨਆਰਆਈ ਵੀਰ ਕਿੰਨੇ ਨੇ ਜਿਹੜੇ ਆਪ ਨੂੰ ਸਪੋਰਟ ਕਰਦੇ ਨੇ? ਨਹੀਂ ਇੱਦਾਂ ਸਾਹਮਣੇ ਤਾਂ ਕੁਛ ਹੋਇਆ ਨਹੀਂ ਜੀ ਇਤਕੀ। ਹਾਂਜੀ ਹਾਂ ਸਾਹਮਣੇ ਤਾਂ ਅਸੀਂ ਕੁਛ ਕੁ ਵਲੰਟੀਅਰ ਸੀ ਜਿਹੜੇ 5-7-10 ਚੱਲਦੇ ਹਾਂ ਅਸੀਂ। ਹਾਂਜੀ ਬਾਕੀ ਉੱਦਾਂ ਸਾਡਾ ਹੰਗਾਰਾ ਵਧੀਆ ਭਰਦੇ ਸੀਗੇ ਬਈ ਤੁਹਾਡੇ ਨਾਲ ਹੀ ਆ ਕਹਿ ਰਹੇ ਸੀ, ਜਾਣੇ ਸਾਹਮਣੇ ਨਹੀਂ ਹੋ ਰਹੇ ਸੀ ਸਾਡੇ। ਗੁਰਮੁਖ ਜੀ ਹੁਣ ਇੱਕ ਚਾਨਣਾ ਹੋਰ ਪਾ ਦਿਓ, ਜੋ ਸਮੱਸਿਆਵਾਂ ਮਨਦੀਪ ਜੀ ਨੇ ਗਿਣਾਈਆਂ ਨੇ ਕੀ ਵਜ੍ਹਾ ਰਹੀ ਹੈ ਕਿ ਸਾਬਕਾ ਵਿਧਾਇਕ ਦੇ ਕਾਰਜਕਾਲ ਵਿੱਚ ਉਹ ਸਮੱਸਿਆਵਾਂ ਖਤਮ ਨਹੀਂ ਹੋਈਆਂ? ਸਮੱਸਿਆਵਾਂ ਤਾਂ ਇੱਦਾਂ ਜੀ ਸਾਰੇ ਪਾਸੇ ਜਾਣਿਆ ਕਰਪਸ਼ਨ ਚੱਲਦੀ ਆ ਜੀ, ਪਟਵਾਰੀ ਪਟਵਾਰਖਾਨੇ ਜਾਂ ਉੱਥੇ ਕਰਪਸ਼ਨ ਆ, ਥਾਣੇ ਜਾਂ ਉੱਥੇ ਕਰਪਸ਼ਨ ਹੁੰਦੀ ਆ, ਰੁਪਈਏ ਵਗੈਰਾ ਕੰਮ ਨਹੀਂ ਹੁੰਦਾ ਜੀ ਸਾਡਾ ਜੀ, ਉਸ ਇਹ ਵਜ੍ਹਾ ਨਾਲ ਸਾਨੂੰ ਪਿੱਛੇ ਹਟਣਾ ਪਿਆ। ਹਾਂਜੀ ਅਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕਦਮ ਚੁੱਕਿਆ ਉਹ ਸਹੀ ਹੈ? ਹਾਂਜੀ ਸਹੀ ਆ, ਬਿਲਕੁਲ ਸਹੀ ਆ, ਬਾਕੀ ਗਾਹਾਂ ਸਮਾਂ ਦੇਖਾਂਗੇ, ਸਹੀ ਹੋਣਾ ਵੀ ਚਾਹੀਦਾ। ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਾਂਗੇ ਕਿ ਜਿੱਥੇ ਅਸੀਂ ਮਨਦੀਪ ਜੀ ਔਰ ਗੁਰਮੁਖ ਜੀ ਨਾਲ ਗੱਲਬਾਤ ਕਰ ਰਹੇ ਸੀ ਪਿੰਡ ਦੇ ਸੰਬੰਧ ਵਿੱਚ, ਤਾਂ ਮੇਰੇ ਪਿੱਛੋਂ ਇਹ ਬਜ਼ੁਰਗ ਦੀ ਆਵਾਜ਼ ਆਈ ਜੋ ਕੁਝ ਕਹਿਣਾ ਚਾਹੁੰਦੇ ਨੇ। ਆਓ ਆਪਾਂ ਜੋ ਸਵਾਲ ਕੀਤਾ ਸੀ ਗੁਰਮੁਖ ਜੀ ਦੇ ਨਾਲ ਉਸ ਸਵਾਲ ਦੇ ਸੰਬੰਧ ਵਿੱਚ ਜਵਾਬ ਇਹ ਦੇਣਾ ਚਾਹੁੰਦੇ ਸੀ। ਆਓ ਆਪਾਂ ਗੱਲਬਾਤ ਕਰਦੇ ਇਹਨਾਂ ਦੇ ਨਾਲ। ਤੁਹਾਡਾ ਨਾਮ ਜੀ? ਬਲਵੀਰ ਸਿੰਘ ਜੀ। ਬਲਵੀਰ ਜੀ, ਮੈਂ ਗੁਰਮੁਖ ਜੀ ਦੇ ਨਾਲ ਜਦੋਂ ਗੱਲ ਕਰ ਰਹੀ ਸੀ ਨਾ ਪਿੰਡ ਦੇ ਕੰਮਾਂ ਦੀ ਕਿ ਇੱਕ ਸਾਬਕਾ ਵਿਧਾਇਕ ਨੇ ਕੰਮ ਕਿਉਂ ਨਹੀਂ ਕੀਤੇ, ਕਿਉਂ ਹਾਰ ਗਿਆ ਤੁਹਾਡੇ ਪਿੰਡੋਂ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਕਿਉਂਕਿ ਤੁਹਾਡੀ ਆਵਾਜ਼ ਆ ਰਹੀ ਸੀ ਮੈਨੂੰ। ਹੁਣ ਤੋਂ ਜੋ ਇੱਥੇ ਸਾਡੇ ਕਾਂਗਰਸ ਜਿੱਤੀ ਆ ਜੀ, ਪਹਿਲਾਂ ਅਕਾਲੀ ਜਿੱਤਦੇ ਰਹੇ ਨੇ, ਹੁਣ ਨਾ ਸਾਡੇ ਕਾਂਗਰਸ ਜਿੱਤੂ ਨਾ ਅਕਾਲੀ ਜਿੱਤਣ ਦੇਵਾਂਗੇ। ਕਿਉਂ? ਸਾਡਾ ਲਲਕਾਰਾ। ਕਿਉਂ ਹੈ ਤੁਹਾਡਾ ਇਹ ਲਲਕਾਰਾ? ਅੱਛਾ ਅਸੀਂ ਪਾਰਟੀਆਂ ਛੱਡਣਾ ਚਾਹੁੰਦੇ ਜੀ, ਛੱਡਤੀਆਂ, 60 ਸਾਲ ਹੋਏ ਮੈਨੂੰ ਵੋਟ ਪਾਉਂਦੇ ਨੂੰ, ਕਿਸੇ ਨੇ ਨਹੀਂ ਬਾਂਹ ਫੜੀ ਹਾਲ ਤੱਕ। ਸਰਪੰਚ ਦੇ ਘਰੇ ਗਿਆ, ਮੈਂ ਕਿਹਾ ਮੇਰੇ ਜਾਕਾ ਰਾਸ਼ਨ ਕਾਰਡ, ਕਹਿੰਦਾ ਬੂ ਵੈਦ ਨੂੰ ਮਿਲ, ਮੈਂ ਕਿਹਾ ਮਿਲ ਲਏ, ਆਪਾਂ ਮੁੜ ਕੇ ਛੱਡਤਾ। ਜਦ ਤੁਹਾਨੂੰ ਹੁਣ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੁਹਾਡੀਆਂ ਉਮੀਦਾਂ 'ਤੇ ਖਰੇ ਉਤਰਨਗੇ? ਜੇਕਰ ਗੱਲ ਕਰੀਏ ਕਿ ਗਰੀਬ ਭਾਈਚਾਰੇ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਂਹ ਫੜਨਗੇ? ਇਹ ਤਾਂ ਜੀ ਹੁਣ ਉਹਨਾਂ ਦੇ ਸਿਰ 'ਤੇ, ਅੱਜ ਤਾਂ ਵੋਟਾਂ ਪਾ ਤੀਆਂ ਇਹਨਾਂ ਨੂੰ, ਕਰਨਾ ਨਾ ਕਰਨਾ ਉਹਨਾਂ ਦੀ ਮਰਜ਼ੀ, ਹੁਣ ਅਸੀਂ ਕਿਹੜਾ ਇਹਨਾਂ ਦੇ ਮਗਰ ਫਿਰਦੇ ਕਾਂਗਰਸੀਆਂ ਦੇ ਅਕਾਲੀਆਂ ਦੇ, ਇਹਨਾਂ ਨੇ ਨਹੀਂ ਪੱਲਾ ਫੜਾ, ਜੇ ਇੱਕ ਇਹ ਨਹੀਂ ਪੜਾਉਣਗੇ ਗਾਹਾਂ ਨੂੰ ਇਹਨਾਂ ਨੂੰ ਪਾਸੇ ਲੱਭਦਾਂਗੇ। ਆਓ ਆਪਾਂ ਗੱਲਬਾਤ ਕਰਦੇ ਹਾਂ ਦੁਬਾਰਾ ਫਿਰ ਮਨਦੀਪ ਦੇ ਨਾਲ। ਮਨਦੀਪ ਜੀ, ਜਿਸ ਤਰ੍ਹਾਂ ਤੁਹਾਡੇ ਨਾਲ ਖੜੇ ਬਲਵੀਰ ਜੀ ਨੇ ਗੱਲ ਕੀਤੀ ਹੈ ਨਾ ਉਮੀਦਾਂ ਦੀ, ਹੁਣ ਦੇਖਿਆ ਜਾਵੇ ਆਪ ਦੀ ਸਰਕਾਰ ਬਣਨ 'ਤੇ ਲੋਕਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਨੇ, ਅਤੇ ਤੁਹਾਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਉਮੀਦਾਂ 'ਤੇ ਖਰੇ ਉਤਰਨਗੇ? 100% ਉਤਰਨਗੇ ਜੀ, ਤੁਸੀਂ ਦੇਖਿਆ ਬਜ਼ੁਰਗ ਦੀ ਸਾਡੇ ਪਿੰਡ ਦੇ ਦੀ ਗੱਲ ਸੁਣੀ ਹੋਈ ਆ, 60 ਸਾਲ ਤੋਂ ਦੁਖੀ ਨੇ, ਵੋਟਾਂ ਪਾਉਂਦੇ ਆ ਰਹੇ ਨੇ ਉਹ 60 ਸਾਲ ਹੋ ਗਏ, ਤੁਸੀਂ ਆਪ ਹੀ ਦੇਖ ਲਓ 70-80 ਸਾਲ ਇਹਨਾਂ ਦੀ ਉਮਰ ਹੋ ਗਈ, 80 ਸਾਲ ਕਿ ਉਹ ਵੀ ਚਾਹੁੰਦੇ ਨੇ ਕਿ ਹੁਣ ਸਾਰੀ ਉਮਰ ਇਹੀ ਗਰੀਬੀ ਦੇ ਵਿੱਚ ਇਹੀ ਭ੍ਰਿਸ਼ਟਾਚਾਰ 'ਚ ਅਸੀਂ ਕੱਢ ਲਈ, ਅਸੀਂ ਬਦਲਾ ਲਿਆਈਏ। ਸਭ ਨੂੰ ਭਗਵੰਤ ਮਾਨ ਜੀ ਦੇ ਇਹੀ ਆਸਾਂ ਨੇ ਕਿ ਅਸੀਂ ਵੀ ਉਹ ਦੇਸ਼ ਦੇਖਣਾ ਚਾਹੁੰਦੇ ਹਾਂ ਜੋ ਭਗਤ ਸਿੰਘ ਹੁਣਾਂ ਜੀ ਨੇ ਸੋਚਿਆ ਸੀਗਾ, ਸ਼ਹੀਦ ਭਗਤ ਸਿੰਘ ਜੀ ਹੁਣਾਂ ਨੇ ਇਹੀ ਸੋਚਿਆ ਸੀ ਕਿ ਸਾਡੇ ਖੁਦ ਹੀ ਬੰਦੇ ਰਾਜਨੀਤੀ 'ਚ ਆਉਣਗੇ, ਸਾਡੇ ਦੇਸ਼ ਦੀ ਤਰੱਕੀ ਕਰਨਗੇ, ਉਹੀ ਹੁਣ ਸਪਨਾ ਸਾਨੂੰ ਭਗਵੰਤ ਮਾਨ ਜੀ ਨੇ ਦਿਖਾਇਆ, ਅਸੀਂ ਨਾਲ ਤੁਰੇ ਹਾਂ ਜੀ। ਔਰ ਗੱਲ ਕੀਤੀ ਜਾਵੇ, ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਗੁਰਮੁਖ ਜੀ ਦੇ ਸੰਬੰਧ ਦੇ ਵਿੱਚ, ਗੁਰਮੁਖ ਜੀ ਪਹਿਲਾਂ ਕਾਂਗਰਸੀ ਸੀ ਅਤੇ ਇਲੈਕਸ਼ਨ ਦੇ ਦੌਰਾਨ ਕੁਝ ਦਿਨ ਪਹਿਲਾਂ ਹੀ ਤੁਹਾਡੇ ਨਾਲ ਆ ਕੇ ਰਲ ਗਏ, ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਲੱਗ ਗਏ, ਔਰ ਆਮ ਆਦਮੀ ਪਾਰਟੀ ਦੇ ਰਿਜ਼ਲਟ ਆਉਂਦੇ ਸਾਰ ਹੀ ਜਿਸ ਤਰ੍ਹਾਂ ਹੀ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਸਿੰਘ ਮਾਨ ਪੰਜਾਬ ਨੂੰ ਮਿਲਿਆ ਤਾਂ ਇੱਕ ਦੌੜ ਲੱਗ ਗਈ ਕਾਂਗਰਸੀ ਅਕਾਲੀਆਂ ਦੇ ਵਿੱਚ, ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਚਾਹੁੰਦੇ ਨੇ, ਔਰ ਜੋ ਵਰਕਰ ਜਿਨ੍ਹਾਂ ਨੇ ਜੁੱਤੀਆਂ ਘਸਾਈਆਂ ਵੀ ਅਤੇ ਜੁੱਤੀਆਂ ਖਾਈਆਂ ਵੀ, ਕਿਤੇ ਨਾ ਕਿਤੇ ਜਾ ਕੇ ਉਹ ਪਿੱਛੇ ਹੋ ਰਹੇ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਹਲਕਾ ਗਿੱਲ ਦੇ MLA ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਜੁੱਤੀਆਂ ਘਸਾਈਆਂ ਅਤੇ ਜੁੱਤੀਆਂ ਖਾਣ ਵਾਲੇ ਵਲੰਟੀਅਰਾਂ ਨੂੰ ਅਣਗੋਲਿਆ ਕਰਨਗੇ? ਨਹੀਂ ਦੇਖੋ ਜੀ, ਜਿਨ੍ਹਾਂ ਨੇ ਵੀ ਮਿਹਨਤ ਕੀਤੀ ਆ, ਕਿਉਂਕਿ ਬਾਅਦ 'ਚ ਤਾਂ ਹੁਣ ਸਭ ਧੜੱਲੇਦਾਰ ਬੰਦੇ, ਕੋਈ ਮਾੜਾ ਕੋਈ ਇਹ ਕੋਈ ਡਰਦਾ ਨਹੀਂ ਨਿਕਲਦਾ ਜੀ, ਉਹ ਅਸੀਂ ਦੱਸਾਂਗੇ ਕਿ ਇਹ ਬੰਦੇ ਨੇ ਸਾਡੀ ਸਪੋਰਟ ਕਿੰਨੀ ਕੀਤੀ ਆ, ਕਿੰਨੀ ਨਹੀਂ ਕੀਤੀ, ਬਾਅਦ 'ਚ ਤਾਂ ਹਰ ਕੋਈ ਆ ਕੇ ਕਹੂਗਾ। ਬਾਕੀ ਰਹੀ ਗੱਲ ਕਿ ਮੈਂ ਕਹਾਂ ਕਿ ਮੇਰੇ ਇਕੱਲੇ ਨਾਲ ਕੁਛ ਨਹੀਂ, ਪਿੰਡ ਦੇ ਸਹਿਯੋਗ ਨਾਲ ਅਸੀਂ 5-10 ਬੰਦੇ ਸੀਗੇ, ਜਦੋਂ ਅਸੀਂ ਮੂਹਰੇ ਨਿਕਲੇ ਕੁਛ ਲੋਕ ਪਹਿਲਾਂ ਡਰੇ ਹੋਏ ਸੀ, ਨਾ ਝੰਡੀ ਲਾਉਂਦੇ ਸੀ, ਨਾ ਸਾਨੂੰ ਖੁੱਲ੍ਹ ਕੇ ਕਹਿੰਦੇ ਸੀ, ਜਦੋਂ ਅਸੀਂ 10 ਬੰਦੇ ਸਰੇਆਮ ਹੋਏ ਉਹਨਾਂ ਦੇ ਮਨਾਂ 'ਚੋਂ ਡਰ ਚੱਕਿਆ ਗਿਆ, ਕਿਉਂਕਿ ਜਿਸ ਟਾਈਮ ਮੈਂ ਵੀ ਜੁਆਇਨ ਕੀਤੀ ਆ, ਮੈਨੂੰ ਕਿਸੇ ਬੰਦੇ ਸਾਡੇ ਨੇ ਕਿਹਾ ਉੱਪਰ ਨੇ ਕਿ ਜੀ ਆਹ ਦੇਖੋ ਕਿ ਇਹ ਪਿੰਡ 'ਚ ਲੋਕ ਡਰਦੇ ਮੂਹਰੇ ਹੀ ਨਹੀਂ ਆ ਰਹੇ, ਮੈਂ ਉਸ ਟਾਈਮ ਕਿਹਾ ਸੀ ਕਿ ਮੈਂ ਜੁਆਇਨਿੰਗ ਕਰਨ ਲੱਗਿਆ ਵਾਂ, ਹੁਣ ਤੁਸੀਂ ਦੇਖਿਓ ਕਿ ਡੋਰ ਟੂ ਡੋਰ ਵੀ ਹੋਊਗਾ, ਝੰਡੀਆਂ ਵੀ ਲੱਗਣਗੀਆਂ, ਵੋਟਾਂ ਵੀ। ਉਸ ਟਾਈਮ ਅਸੀਂ ਸਾਡਾ ਗਰੁੱਪ 10 ਕੁ ਬੰਦਿਆਂ ਦਾ ਚੱਲਿਆ,
ਹੁਣ ਸਾਡਾ ਕਾਫਲਾ ਬਹੁਤ ਵੱਡਾ ਹੋ ਚੁੱਕਿਆ ਜੀ। ਹੁਣ ਸਾਨੂੰ ਕਿਸੇ ਕਿਸਮ ਦਾ ਖੁਦ ਲੋਕ ਹੁਣ ਖੁਦ ਸਾਹਮਣੇ ਆ ਰਹੇ ਨੇ। ਕਾਫਲੇ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਹਲਕਾ ਗਿੱਲ ਔਰ ਨੀਅਰ ਅਬਾਊਟ ਹੋਰ ਪਿੰਡਾਂ ਵਿੱਚ ਕਾਫਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਪਿੰਡਾਂ ਦੇ ਵਿੱਚ 5 ਮੈਂਬਰੀ 11 ਮੈਂਬਰੀ ਕਮੇਟੀ ਬਣੀ ਹੈ। ਕੀ ਤੁਹਾਡੇ ਪਿੰਡ ਗੋਪਾਲਪੁਰ 'ਚ ਇਹ ਕਮੇਟੀ ਬਣ ਗਈ ਹੈ? ਹਾਂਜੀ, ਇਲੈਕਸ਼ਨ ਤੋਂ ਪਹਿਲਾਂ ਜੋ ਅਸੀਂ 15 ਮੈਂਬਰੀ ਕਮੇਟੀ ਦੀ ਦਿੱਤੀ ਸੀ ਸਲਿੱਪ, ਫਿਲਹਾਲ ਅਸੀਂ ਉਹੀ ਮੈਂਬਰ ਹਜੇ ਕੰਮ ਕਰ ਰਹੇ ਹਾਂ ਸਾਰੇ। ਅਤੇ ਜਿਹੜੇ ਤੁਸੀਂ 15 ਮੈਂਬਰੀ ਆਪਣੇ ਕਮੇਟੀ ਮੈਂਬਰ ਦੱਸੇ ਆ, ਕਿ ਉਹਨਾਂ ਵਿੱਚੋਂ ਜਿਹੜੇ ਹੋਰ ਜ਼ਿਆਦਾ ਕੱਟੜ ਹੁੰਦੇ ਨੇ, ਕਿਉਂਕਿ 15 ਵਿੱਚ ਵੀ ਕੁਝ ਕੱਟੜ ਹੁੰਦੇ ਨੇ, ਅਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਉਹਨਾਂ ਦੇ ਨਾਮ ਦੱਸੋਗੇ? ਨਹੀਂ, ਦੇਖੋ ਕੁਛ ਸਾਡੇ ਵਿੱਚ 15 ਮੈਂਬਰੀ 'ਚ ਕੁਛ ਬੰਦੇ ਰਲੇ ਸੀਗੇ। ਪਹਿਲਾਂ ਤਾਂ ਸਾਨੂੰ ਕਿਹਾ ਜੀ ਕਿ ਬੂਥ 'ਤੇ ਵੀ ਅਸੀਂ ਡਿਊਟੀ ਨਿਭਾਵਾਂਗੇ, ਅਸੀਂ ਐਵੇਂ ਵੀ ਕਰਾਂਗੇ, ਡੋਰ ਟੂ ਡੋਰ ਵੀ ਕਰਾਂਗੇ, ਪਰ ਜਦੋਂ ਅਸੀਂ ਬਾਅਦ 'ਚ ਡੋਰ ਟੂ ਡੋਰ ਬਾਰੇ ਪੁੱਛਿਆ, ਬਹਾਨਾ ਮਾਰ ਜਾਂਦੇ ਸੀ ਮੈਂ ਰਿਸ਼ਤੇਦਾਰੀ 'ਚ ਜਾਣਾ, ਮੈਂ ਕੰਮ ਜਾਣਾ ਵਾਂ, ਜਾਂ ਅਸੀਂ ਕਿਸੇ ਪਾਸੇ ਸਾਨੂੰ ਉੱਪਰੋਂ ਆਰਡਰ ਆਉਂਦੇ ਕਿ ਅੱਜ ਭਗਵੰਤ ਮਾਨ ਜੀ ਆ ਰਹੇ ਨੇ ਕਿ ਉਹਨਾਂ ਦੇ ਆਪਾਂ ਧੰਨਵਾਦ ਕਰਨ ਜਾਣਾ ਵਾਂ, ਜਾਂ ਕਿਸੇ ਪਾਸੇ ਵੀ ਅੰਮ੍ਰਿਤਸਰ ਗਏ ਅਸੀਂ ਕਿਤੇ ਵੀ ਜਾਣਾ। ਕੁਛ ਬੰਦੇ ਸਾਡੇ ਕਹਿਣ ਨੂੰ ਜੁਆਇਨਿੰਗ ਸਾਡੇ ਨਾਲ ਕੀਤੀ ਹੋਈ ਸੀ ਪਰ ਨੌ ਹੀ ਲਿਖਾਇਆ ਸੀਗਾ, ਮਿਹਨਤ ਮੁਸ਼ਕਤ ਇੰਨੇ ਬੰਦਿਆਂ ਨੇ ਵਿੱਚੋਂ ਨਹੀਂ ਕੀਤੀ ਹੈਗੀ। ਕਹਿਣ ਤੋਂ ਭਾਵ ਇਹ ਹੈ ਕਿ ਝੰਡਾ ਚੁੱਕਣਾ ਵੱਖਰੀ ਗੱਲ ਹੈ ਅਤੇ ਝੰਡੇ ਥੱਲੇ ਆਉਣਾ ਵੱਖਰੀ ਗੱਲ ਹੈ। ਹਾਂ ਜੀ, ਜੁਆਇਨਿੰਗ ਤਾਂ ਹੁਣ ਬਹੁਤ ਬੰਦੇ ਕਰ ਗਏ ਜੀ, ਪਰ ਉਹ ਝੰਡੇ ਥੱਲੇ ਆ ਕੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਸਰੇਆਮ ਆਉਣ ਦਾ ਟਾਈਮ ਸੀਗਾ ਜੀ, ਲੋਕਾਂ ਨੂੰ ਜੇ ਅਸੀਂ ਤੁਰਦੇ ਤਾਂ ਹੀ ਲੋਕ ਸਾਡੇ ਮਗਰ ਤੁਰਦੇ। ਹੁਣ ਉਹ ਕੁਛ ਅਜਿਹੇ ਬੰਦੇ ਜੀ ਸਾਨੂੰ ਕਹਿੰਦੇ ਸੀ, ਸਾਨੂੰ ਸਰਪੰਚ ਨੇ ਕਹਿਤਾ, ਕੋਈ ਕਹਿੰਦੇ ਸੀ ਸਾਨੂੰ ਚੇਅਰਮੈਨ ਨੇ ਕਹਿਤਾ, ਕਿਸੇ ਨੇ ਕਹਿਤਾ ਕਿ ਅਸੀਂ ਤੇਰੇ ਨਾਲ ਨਹੀਂ ਆ ਸਕਦੇ, ਪਰ ਉਹ ਮੈਂਬਰੀ ਦੇ ਵਿੱਚ ਅਸੀਂ ਉਹਨਾਂ ਦਾ ਨਾਂ ਲਿਖਿਆ ਸੀਗਾ। ਹੁਣ ਅਸੀਂ ਉਹਨਾਂ ਦਾ ਨਾਂ ਦੇ ਕਾਟਾ ਫੇਰ ਚੁੱਕੇ ਹਾਂ ਜੀ। ਅਤੇ ਹੁਣ ਦੀ ਜੇਕਰ ਗੱਲ ਕਰੀਏ ਕਿ ਹੁਣ ਇਸ ਸਮੇਂ ਤੁਹਾਡੇ ਪਿੰਡ ਦੇ ਵਿੱਚ ਕੋਈ ਕਮੇਟੀ ਬਣੀ ਹੋਈ ਹੈ ਜੋ ਕੰਮ ਕਰ ਰਹੀ ਹੈ? ਹਾਂਜੀ, ਅਸੀਂ ਜਿੰਨੇ ਵੀ ਕੋਈ ਵੀ ਹੈਗੇ ਸਾਡੇ 10-11 ਬੰਦੇ, ਕਿਸੇ ਕੋਲ ਵੀ ਕੋਈ ਕੰਮ ਆਉਂਦਾ, ਇੱਕ ਦੂਜੇ ਨਾਲ ਮੋਢਾ ਲਾ ਕੇ ਅਸੀਂ ਇਕੱਠੇ ਹੋ ਕੇ ਉਹ ਕੰਮ ਪੂਰੇ ਨੇਪੜੇ ਚੜਾਉਂਦੇ ਹਾਂ ਜੀ। ਅਤੇ ਇਸ ਸਮੇਂ ਆਪਣੇ ਤੁਹਾਡੇ ਨਾਲ ਜਿੰਨੇ ਵੀ ਮੈਂਬਰ ਸਾਹਿਬਾਨ ਖੜੇ ਨੇ, ਕੀ ਇਹ ਤੁਹਾਡੇ ਕਮੇਟੀ ਮੈਂਬਰਾਂ ਵਿੱਚੋਂ ਹੀ ਆ? ਹਾਂਜੀ, ਇਹ ਕਮੇਟੀ ਮੈਂਬਰਾਂ ਵਿੱਚੋਂ ਹੀ ਆ, ਅਸੀਂ ਹੀ ਬੂਥ ਸਾਂਭਿਆ ਜੀ। ਮਨਦੀਪ ਜੀ, ਜੇਕਰ ਗੱਲ ਕੀਤੀ ਜਾਵੇ ਤੁਹਾਡੇ ਪਿੰਡ ਗੋਪਾਲਪੁਰ ਦੀ, ਤਾਂ ਕੀ ਤੁਹਾਡੇ ਪਿੰਡ ਗੋਪਾਲਪੁਰ ਦੇ ਵਿੱਚ ਬੇਰੁਜ਼ਗਾਰੀ ਹੈ? ਨਹੀਂ, ਸਾਡੇ ਪਿੰਡ ਜੀ ਬੇਰੁਜ਼ਗਾਰੀ ਥੋੜ੍ਹੀ ਬਹੁਤ ਘੱਟ ਆ ਜੀ, ਜ਼ਿਆਦਾ ਨਹੀਂ ਹੈਗੀ, ਜੇ ਹੈਗੀ ਤਾਂ ਖੁਦ ਹੀ ਆਲਸ ਨਾਲ, ਕਿਉਂਕਿ ਸਾਡਾ ਜ਼ਿਲ੍ਹਾ ਲੁਧਿਆਣਾ ਪੈਂਦਾ, ਸਾਡੇ ਕੰਮ ਦੀ ਕੋਈ ਥੋੜ ਨਹੀਂ ਹੈਗੀ। ਇਹ ਤਾਂ ਹੁਣ ਆਪਾਂ ਨੂੰ ਸਭ ਨੂੰ ਪਤਾ ਹੀ ਆ, ਲੁਧਿਆਣੇ ਜ਼ਿਲ੍ਹੇ 'ਚ ਲੋਕ ਦੂਰੋਂ ਦੂਰੋਂ ਬਾਹਰੋਂ ਵੀ ਕੰਮ ਕਰਨ ਆਉਂਦੇ ਨੇ, ਜਿੰਨੀ ਕੁ ਹੈਗੀ ਆ, ਅਸੀਂ ਜਿੰਨੇ ਤੱਕ ਹੋ ਸਕਦਾ ਜਿਵੇਂ ਨਰੇਗਾ ਸਕੀਮ ਗੌਰਮੈਂਟ ਦੀ ਚੱਲਦੀ ਆ ਉਹ ਹਿਸਾਬ ਨਾਲ ਕੰਮ ਮਿਲ ਰਿਹਾ ਜੀ। ਔਰ ਗੱਲ ਕੀਤੀ ਜਾਵੇ ਜੇਕਰ ਨੌਜਵਾਨਾਂ ਦੇ ਵਿੱਚ ਰੁਜ਼ਗਾਰ ਦੀ, ਜਿਸ ਤਰ੍ਹਾਂ ਸਰਕਾਰੀ ਨੌਕਰੀਆਂ ਦੇ ਸੰਬੰਧ ਦੇ ਵਿੱਚ ਨੌਜਵਾਨ ਸਾਡਾ ਨਾ ਹਮੇਸ਼ਾ ਹੀ ਪਹਿਲ ਦੇ ਆਧਾਰ 'ਤੇ ਸਾਹਮਣੇ ਰਹਿਣਾ ਚਾਹੁੰਦਾ ਆ, ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਸਰਕਾਰੀ ਨੌਕਰੀਆਂ ਲਈ ਅਨਾਊਂਸ ਕੀਤਾ, ਲੋਕਾਂ ਦੀਆਂ ਨੌਜਵਾਨਾਂ ਦੀਆਂ ਉਮੀਦਾਂ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਰੇ ਉਤਰਨਗੇ? ਹਾਂਜੀ, ਦੇਖੋ ਜੀ, ਉਹ ਤਾਂ ਉਤਰਨਗੇ ਹੀ, ਜਿਹੜੇ ਪਹਿਲਾਂ ਵੀ ਹਜੇ ਭਰਤੀ ਹੋਏ ਨੇ, ਇਹ ਨਹੀਂ ਪਤਾ ਉਹਨਾਂ ਦੀ ਵੀ, ਜਿਨ੍ਹਾਂ ਤੋਂ ਪੈਸੇ ਦੇ ਕੇ ਉਹ ਭਰਤੀ ਹੋਏ ਨੇ ਉਹਨਾਂ ਦੀਆਂ ਵੀ ਪੋਲਾਂ ਖੋਲ੍ਹ ਦੇਣ। ਸਾਨੂੰ ਇੱਥੋਂ ਤੱਕ ਵੀ ਉਮੀਦ ਆ ਕਿ ਜਿਹੜੇ ਰਿਸ਼ਵਤ ਦੇ ਕੇ ਘੱਟ ਪੜ੍ਹੇ ਲਿਖੇ ਬੇਮਤਲਬ ਇਹਨਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਦਿੱਤੀਆਂ ਹੋਈਆਂ ਨੌਕਰੀਆਂ ਨੇ, ਕਿ ਅਸੀਂ ਇਹੀ ਕਹਿੰਦੇ ਹਾਂ ਕਿ ਉਹਨਾਂ ਨੂੰ ਲਾ ਕੇ ਜਿਹੜੇ ਬੇਰੁਜ਼ਗਾਰ ਪੜ੍ਹੇ ਲਿਖੇ ਜ਼ਰੂਰ ਬੈਠੇ ਨੇ ਸਾਡੇ, ਕਿਉਂਕਿ ਉਹ ਦੇਖੋ ਇੰਨੇ ਪੜ੍ਹ ਲਿਖ ਕੇ ਜਾ ਕੇ ਥੱਲੇ ਵਾਲਾ ਕੋਈ ਕੰਮ ਵੀ ਨਹੀਂ ਕਰ ਸਕਦੇ ਹੈਗੇ, ਕਿ 10,000 ਤੇ ਲੱਗ ਜਾਣ, ਉਹ ਕਹਿੰਦੇ ਅਸੀਂ ਇੰਨੀਆਂ ਪੜ੍ਹਾਈਆਂ ਡਿਗਰੀਆਂ ਕਿਸ ਲਈ ਕੀਤੀ, ਉਹਨਾਂ ਨੂੰ ਜ਼ਰੂਰ ਕੰਮ ਮਿਲਣਾ ਚਾਹੀਦਾ। ਆਓ ਇੱਕ ਹੋਰ ਗੋਪਾਲਪੁਰ ਦੇ ਆਮ ਆਦਮੀ ਪਾਰਟੀ ਦੇ ਸਪੋਰਟਰ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਨਾਮ ਜੀ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਜੀ, ਇਹ ਦੱਸੋ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਜੋ ਭਗਵੰਤ ਸਿੰਘ ਮਾਨ ਪੰਜਾਬ ਨੂੰ ਮਿਲਿਆ, ਉਹਨਾਂ ਦੇ ਕੰਮਾਂ ਕਾਰਾਂ ਤੋਂ ਤੁਸੀਂ ਸੰਤੁਸ਼ਟ ਹੋ? ਹਾਂਜੀ, ਬਿਲਕੁਲ ਸੰਤੁਸ਼ਟ ਹਾਂ ਜੀ। ਅਤੇ ਦੱਸੋਗੇ ਵੀ ਇੱਕ ਮਹੀਨੇ ਦੇ ਵਿੱਚ ਉਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ ਨੇ ਜਿਨ੍ਹਾਂ ਤੋਂ ਤੁਸੀਂ ਸੰਤੁਸ਼ਟ ਹੋ? ਅੱਗੇ ਪਹਿਲਾਂ ਦੇਖੋ ਪੁਲਿਸ ਥਾਣੇ ਜਾਂਦੇ ਸੀਗੇ, ਜਾਂ ਨਜਾਇਜ਼ ਪੁਲਿਸ ਵਾਲੇ ਘੇਰ ਕੇ ਜਵਾਕਾਂ ਨੂੰ ਜਾਂ ਹੋਰ ਆਮ ਬੰਦਿਆਂ ਨੂੰ ਪਰੇਸ਼ਾਨ ਕਰਦੇ ਸੀ, ਕੋਈ ਇੱਦਾਂ ਦਾ ਹੁਣ ਨਹੀਂ ਹੈਗੀ ਜੀ। ਆਰਾਮ ਨਾਲ ਜਿੱਥੇ ਮਰਜ਼ੀ ਜਾਓ, ਕੋਈ ਕਿਸੇ ਨੂੰ ਕੋਈ ਉਹ ਨਹੀਂ, ਹਰੇਕ ਕੰਮ ਵਧੀਆ ਹੋ ਰਿਹਾ, ਆਪਣੇ ਦਫ਼ਤਰ 'ਚ ਜਿਹੜੇ 'ਚ ਮਰਜ਼ੀ ਚਲੇ ਜਾਓ, ਅੱਗੇ ਤਾਂ ਕੋਈ ਨਾ ਪਟਵਾਰੀ ਨਾ ਕੋਈ ਮਤਲਬ ਕਰਨ ਕੋ ਕੋਈ ਮਿਲਦਾ ਹੀ ਨਹੀਂ ਸੀਗਾ, ਹੁਣ ਸਭ ਆਪੋ ਆਪਣੇ ਟਾਈਮ 'ਤੇ ਆਉਂਦੇ ਨੇ ਅਤੇ ਜਾਂਦੇ ਨੇ। ਆਓ ਆਪਾਂ ਇੱਕ ਹੋਰ ਗੋਪਾਲਪੁਰ ਦੇ ਸਪੋਰਟਰ ਦੇ ਨਾਲ ਗੱਲ ਕਰਦੇ ਹਾਂ। ਤੁਹਾਡਾ ਨਾਮ? ਹਮੀਦ ਖਾਨ ਜੀ। ਹਮੀਦ ਖਾਨ ਜੀ, ਪਹਿਲਾਂ ਤਾਂ ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ। ਅਤੇ ਹਮੀਦ ਖਾਨ ਜੀ, ਹੁਣ ਇਹ ਚਾਨਣਾ ਪਾਓ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਇੱਕ ਮਹੀਨੇ ਦੇ ਕਾਰਜਕਾਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵਧੀਆ ਦੇਖਦੇ ਹਾਂ ਜੀ, ਬਹੁਤ ਵਧੀਆ ਕੰਮ ਹੁੰਦੇ ਨੇ। ਡੀਲੋਂ ਤੱਕ ਜਾਂਦੇ ਤੀ, ਪੁਲਿਸ ਵਾਲਾ ਹੱਥ ਦੇ ਲੈਂਦਾ ਸੀ ਮੋਟਰਸਾਈਕਲ ਨੂੰ, ਦਿਖਾਓ ਲਾਇਸੈਂਸ, ਦਿਖਾਓ ਕਾਗਜ਼, ਵਧੀਆ ਡੀਲੋਂ ਮੰਡੀ ਅਹਿਮਦਗੜ੍ਹ ਅਸੀਂ ਘੁੰਮ ਕੇ ਆ ਜਾਣਾ, ਕੋਈ ਨਹੀਂ ਸਾਨੂੰ ਬੁਲਾਉਂਦਾ। ਮਨਦੀਪ ਜੀ, ਜਦੋਂ ਤੁਹਾਡੇ ਪਿੰਡ ਸਰਦਾਰ ਜੀਵਨ ਸਿੰਘ ਸੰਘੋਵਾਲ ਜੀ ਆਏ ਧੰਨਵਾਦੀ ਮੀਟਿੰਗ ਦੇ ਉੱਤੇ, ਕੀ ਤੁਹਾਡੇ ਪਿੰਡ ਵਾਲਿਆਂ ਨੇ ਕੋਈ ਆਪਣਾ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ ਤੁਸੀਂ ਆਪਣੇ ਪਿੰਡ ਦੇ ਕੰਮਾਂ ਕਾਰਾਂ ਦਾ
हाँ जी मंग पत्र का कोई नहीं, उन्होंने एक दो काम नॉलेज से लियाते सके। चलो वो थोड़ा धन्यवाद कर आए थे, नॉलेज नहीं वैसे गल कर ली सी क्योंकि वो धन्यवाद कर आए से। असी उस तो बाद बैठ के उन्होंने सारी जिन्हें भी सके आपकी गल दस के आए हैं कि उस टाइम असी कोई गल नहीं कही क्योंकि धन्यवाद कर आए थे, सारे पिंड का धन्यवाद करके गए ने। कहने तो भाव यह कि मिठा मूँह कराने आए से लड्डू खुवा के लड्डू खा के चले गए। तो मनदीप जी सिटी लाइव चैनल के जरिए तुहाडे MLA सरदार जीवन सिंह संगोवाल जी नूं तुसीं की कहना चाहते हो? कहने का कुछ नहीं जी, चलो जीवन जी सरदार जीवन सिंह जी संगोवाल जी नाल लोगों नूं बहुत उम्मीदां ने। वो अपने उस दिन तो मैं हुण कई बार उन्होंने पिंड जाना संगोवाल देखते हैं, आपां कदे भी वो घर मिलते हैं दफ्तर सब नूं हस के मिलते हैं, सब दियां प्रॉब्लम सुनते होंगे जब भी असी जाइदा वा। उम्मीदा ने ते वो उम्मीदा ते खरे उतरनगे जी। आने वाले समय के विच देखते हैं कि हलका गिल दे MLA सरदार जीवन सिंह संगोवाल जी लोगों दी उम्मीदा ते किहड़े किहड़े विकास काम करवा के खरे उतरते हैं। ये सारी जानकारी लैन लई साडे सिटी लाइव चैनल दे नाल जुड़े रहो।